ਜੁਗ ਜੁਗ ਅਟਲ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਹੈ ਪਾਤਸ਼ਾਹ ਜੀ ਨੇ ਆਪਣੇ ਪਾਵਨ ਗੋਦ ਅੰਦਰ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ ਬੜੇ ਪਿਆਰ ਦੇ ਨਾਲ ਆਪ ਜੀ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਕਰਕੇ ਆਸਾ ਦੀ ਵਾਰ ਦਾ ਕੀਰਤਨ শ্রবণ ਕਰ ਰਹੇ ਸੋ ਆਓ ਸਤਿਗੁਰੂ ਜੀ ਨੇ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ ਉਸ ਹੁਕਮ ਦੀ ਕੁਝ ਵਿਚਾਰ ਕਰ ਸਕੀਏ ਸਰਬੱਤ ਸੰਗਤ ਇਸੇ ਤਰ੍ਹਾਂ ਸਜੇ ਰਹਿਣ ਦੀ ਕਿਰਪਾਲਤਾ ਕਰਨੀ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 655 ਤੋਂ ਆਰੰਭ ਹੋ ਕਰਕੇ 652 ਤੇ ਸਮਾਪਤ ਹੁੰਦਾ ਹੈ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਦਾ ਇਹ ਪਾਵਨ ਸ਼ਬਦ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਭਗਤ ਕਬੀਰ ਜੀ ਨੇ ਜੋ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਰਹਾਉ ਵਾਲੀ ਪੰਕਤੀ ਅੰਦਰ ਭਗਤ ਕਬੀਰ ਜੀ ਆਪਣਾ ਸਿਧਾਂਤ ਸਪਸ਼ਟ ਕਰਦੇ ਹਰ ਕਾ ਨਾਮ ਨਾ ਜਪਸ ਗਵਾਰਾ ਭਗਤ ਕਬੀਰ ਸਾਹਿਬ ਕਹਿਣ ਲੱਗੇ ਏ ਭਾਈ ਜੇ ਤੂੰ ਹਰੀ ਦਾ ਨਾਮ ਨਹੀਂ ਜਪਦਾ ਪਿਆ ਮੂਰਖਾ ਗਵਾਰਾ ਦਾ ਭਾਵ ਹੁੰਦਾ ਹੈ ਬੇਸਮਝ ਜਿਸ ਨੂੰ ਅਕਲ ਨਹੀਂ ਜਿਸ ਨੂੰ ਸਮਝ ਨਹੀਂ ਭਗਤ ਕਬੀਰ ਜੀ ਕਹਿੰਦੇ ਨੇ ਹਰ ਕਾ ਨਾਮ ਨਾ ਜਪਸ ਗਵਾਰਾ ਜੇ ਤੂੰ ਹਰੀ ਦਾ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਪਿਆ ਜੇ ਤੈਨੂੰ ਹਾਲੇ ਤੱਕ ਪ੍ਰਮਾਤਮਾ ਦੇ ਨਾਮ ਦੀ ਸਮਝ ਨਹੀਂ ਕਿਆ ਸੋਚੇ ਬਾਰੰਬਾਰਾ ਪ੍ਰਮਾਤਮਾ ਦੇ ਨਾਮ ਨੂੰ ਛੱਡ ਕਰਕੇ ਹੋਰ ਸੋਚਾਂ ਦੇ ਵਿੱਚ ਪਿਆ ਹੋਇਆ ਹੈ ਹੋਰ ਕਾਰਜਾਂ ਦੇ ਵਿੱਚ ਪਿਆ ਹੋਇਆ ਹੈ ਤੇ ਯਾਦ ਰੱਖੀ ਤੂੰ ਬੇਸਮਝੀ ਵਾਲਾ ਜੀਵਨ ਬਤੀਤ ਕਰ ਰਿਆ ਭਗਤ ਕਬੀਰ ਸਾਹਿਬ ਨੇ ਕਿਹਾ ਜਿਹੜਾ ਮੂਲ ਕੰਮ ਸੀ ਜਿਹੜਾ ਮੂਲ ਮਨੋਰਥ ਸੀ ਜ਼ਿੰਦਗੀ ਦਾ ਜੇ ਜ਼ਿੰਦਗੀ ਦੇ ਉਸ ਮਨੋਰਥ ਨੂੰ ਭੁਲਾ ਦਿੱਤਾ ਜੇ ਜ਼ਿੰਦਗੀ ਦੇ ਉਸ ਮੇਨ ਕੰਮ ਨੂੰ ਭੁਲਾ ਦਿੱਤਾ ਉਸ ਕੰਮ ਨੂੰ ਛੱਡ ਕੇ ਹੋਰ ਕੰਮ ਕਰਦਾ ਪਿਆ ਉਹਨਾਂ ਕੰਮਾਂ ਦਾ ਲਾਭ ਕੋਈ ਨਹੀਂ ਜਿੰਨੇ ਦੁਨੀਆ ਤੇ ਮਨੁੱਖ ਵਸਦੇ ਪਏ ਨੇ ਜਿੰਨੀ ਦੁਨੀਆ ਤੇ ਆਬਾਦੀ ਹੈ ਬਹੁਤਾਤ ਆਬਾਦੀ ਧਰਮ ਨੂੰ ਮੰਨਣ ਵਾਲੀ ਹੈ ਦੁਨੀਆ ਦੇ ਬਹੁਤਾਤ ਲੋਕ ਧਰਮ ਨੂੰ ਮੰਨਦੇ ਨੇ ਧਰਮ ਦੇ ਕੰਮ ਵੀ ਕਰਦੇ ਪਏ ਨੇ ਪਰ ਦੁਨੀਆ ਦੇ ਵਿੱਚ ਬਹੁਤਾਤ ਲੋਕਾਂ ਦੇ ਜੀਵਨ ਦੇ ਅੰਦਰ ਧਰਮ ਨਹੀਂ ਹੈ ਠੀਕ ਹੈ ਰੱਬ ਨੂੰ ਮੰਨਦੇ ਨੇ ਪਰ ਜਿਹੜੇ ਰੱਬ ਦੀਆਂ ਬਾਤਾਂ ਨੇ ਉਹਨਾਂ ਦੇ ਉੱਤੇ ਚੱਲਦੇ ਨਹੀਂ ਤਾਂ ਹੀ ਤੇ ਦੁਨੀਆ ਦੇ ਵਿੱਚ ਅੱਜ ਜਿਹੜਾ ਬੁਰਾਈ ਦਾ ਬੋਲਬਾਲਾ ਹੈ ਨਹੀਂ ਤੇ ਜਿੰਨਾ ਧਾਰਮਿਕ ਸਥਾਨਾਂ ਤੇ ਦੁਨੀਆ ਦਾ ਭੀੜ ਹੈ ਜਿੰਨੀ ਉਥੇ ਸੰਗਤ ਹੈ ਜੇ ਉਹਨਾਂ ਦੇ ਅੰਦਰ ਧਰਮ ਦੇ ਕਰਮ ਹੋਣ ਤੇ ਬੁਰਾਈ ਦਾ ਬੋਲਬਾਲਾ ਨਾ ਹੋਵੇ ਪਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਜੇ ਤੂੰ ਪ੍ਰਮਾਤਮਾ ਦੇ ਨਾਮ ਨੂੰ ਛੱਡ ਕਰਕੇ ਹੋਰਾਂ ਕੰਮਾਂ ਦੇ ਵਿੱਚ ਪਿਆ ਹੋਇਆ ਹੈ ਭਾਵੇਂ ਕਰਮ ਤੇਰੇ ਧਰਮ ਵਾਲੇ ਨੇ ਭਾਵੇਂ ਕੰਮ ਤੂੰ ਆਪਣੇ ਆਪ ਨੂੰ ਸੰਸਾਰ ਵਿੱਚ ਧਰਮੀ ਵਾਲਾ ਵਿਖਾਵਾ ਕਰੀ ਬੈਠਾ ਹੈ ਪਰ ਜੇ ਅੰਦਰ ਧਰਮ ਨਹੀਂ ਤੇ ਤੇਰੇ ਕੀਤੇ ਹੋਏ ਸਾਰੇ ਕੰਮ ਅਵ्यर्थ ਨੇ ਜੇ ਅੰਦਰ ਨਾਮ ਨਹੀਂ ਟਿਕਿਆ ਹੋਇਆ ਆਰੰਭਕ ਪੰਕਤੀਆਂ ਵਿੱਚ ਭਗਤ ਕਬੀਰ ਜੀ ਨੇ ਸਮਝਾਇਆ ਭਾਈ ਕਿਆ ਪੜੀਐ ਕਿਆ ਗੁਣਿਐ ਕੀ ਪੜ ਰਿਆ ਤੂੰ ਪੜਨ ਦਾ ਲਾਭ ਕੀ ਐ ਜੋ ਤੂੰ ਗੁਣ ਰਿਆ ਗੁਣਿਐ ਦਾ ਭਾਵ ਵਿਦਵਾਨਾਂ ਨੇ ਵਿਚਾਰਨ ਤੋਂ ਕੀਤਾ ਜੋ ਤੂੰ ਵਿਚਾਰ ਦਾ ਪਿਆ ਤੂੰ ਧਰਮ ਦੇ ਗ੍ਰੰਥਾਂ ਨੂੰ ਪੜਦਾ ਵੀ ਪਿਆ ਉਹਨਾਂ ਦੀ ਵਿਚਾਰ ਵੀ ਕਰਦਾ ਪਿਆ। ਧਰਮ ਦੇ ਗ੍ਰੰਥਾਂ ਦਾ ਪਾਠ ਪੜਨ ਵੀ ਕੀਤਾ ਜਾ ਰਿਹਾ ਹੈ। ਉਹਨਾਂ ਦੀ ਵਿਚਾਰ ਵੀ ਕੀਤੀ ਜਾ ਰਹੀ ਹੈ। ਤੇ ਗੁਣੀਆਂ ਦਾ ਅਰਥ ਵਿਦਵਾਨ ਜਨਾਂ ਨੇ ਗਿਣਤੀ ਤੋਂ ਵੀ ਕੀਤਾ। ਮਨੁੱਖ ਗਿਣਤੀਆਂ ਕਰ ਕਰਕੇ ਵੀ ਰੱਖਦਾ ਪਿਆ। ਅੱਜ ਦੀ ਦਿਨ ਵਿੱਚ ਐਨੇ ਪਾਠ 11 ਪਾਠ ਮੈਂ ਰੋਜ਼ਾਨਾ ਜਪਜੀ ਸਾਹਿਬ ਦੇ ਕਰਦਾ ਪਿਆ। ਮੈਂ ਰੋਜ਼ਾਨਾ ਐਨੇ ਪਾਠ ਕਰਦਾ ਪਿਆ। ਗਿਣਤੀਆਂ ਦੇ ਵਿੱਚ ਵੀ ਤੂੰ ਪਿਆ ਹੋਇਆ ਹੈ। ਪਰ ਤੇਰਾ ਪੜਨ ਦਾ ਤੇਰਾ ਉਸ ਪਾਠ ਪੜਨ ਦੀਆਂ ਗਿਣਤੀਆਂ ਕਰਨ ਦਾ ਲਾਭ ਕੋਈ ਨਹੀਂ ਕਿਉਂਕਿ ਗਿਣਤੀ ਵਿੱਚ ਜਿੰਨੇ ਅੱਜ ਪਾਠ ਹੋ ਰਹੇ ਨੇ ਗਿਣਤੀ ਦੇ ਵਿੱਚ ਜਿੰਨੇ ਅੱਜ ਧਰਮ ਦੇ ਕੰਮ ਹੋ ਰਹੇ ਨੇ ਭਗਤ ਸਾਹਿਬ ਕਹਿੰਦੇ ਜੇ ਉਹਦਾ ਕੋਈ ਲਾਭ ਹੁੰਦਾ ਜੇ ਉਹ ਨਾਮ ਤੋਂ ਬਿਨਾ ਕੋਈ ਤੈਨੂੰ ਮਨੋਰਥ ਤੱਕ ਪਹੁੰਚਾ ਸਕਦੇ ਹੁੰਦੇ ਤੇ ਹੁਣ ਤੱਕ ਤੂੰ ਬੜਾ ਰੱਬ ਦੇ ਨੇੜੇ ਹੋ ਜਾਂਦਾ ਪਰ ਜੇ ਹਾਲੇ ਵੀ ਰੱਬ ਤੋਂ ਦੂਰ ਹੈ ਤੇ ਕਿਤੇ ਨਾ ਕਿਤੇ ਤੇ ਕਮੀ ਆ ਰਹੀ ਹੈ ਨਾ ਜੇ ਇੰਨਾ ਪਾਠ ਪੜਨ ਕਰਕੇ ਇੰਨੇ ਅਡੰਬਰ ਕਰਕੇ ਵੀ ਰੱਬ ਤੋਂ ਦੂਰ ਹੱਲੇ ਵੀ ਨਾਮ ਅੰਦਰ ਨਹੀਂ ਤੇ ਫਿਰ ਤੇਰਾ ਇਹ ਸਫਲ ਕਿਉਂ ਨਹੀਂ ਭਗਤ ਸਾਹਿਬ ਕਹਿ ਰਹੇ ਨੇ ਕਿਆ ਪੜੀ ਐ ਕਿਆ ਗੁਣੀਆਂ ਕਿਆ ਵੇਦ ਪੁਰਾਨਾ ਸੁਣੀਐ ਤੂੰ ਵੇਦਾਂ ਦਾ ਪਾਠ ਵੀ ਕਰਦਾ ਪਿਆ ਸੁਣਦਾ ਵੀ ਪਿਆ ਸਭ ਧਰਮ ਦੇ ਕੰਮ ਕੀਤੇ ਜਾ ਰਹੇ ਨੇ ਪੜੇ ਸੁਨੇ ਕਿਆ ਹੋਈ ਪਰ ਇਸ ਪੜਨ ਸੁਣਨ ਦੇ ਨਾਲ ਕੀ ਹੋਣਾ ਕਹਿਣ ਲੱਗੇ ਜੋ ਸਹਿਜ ਨਾ ਮਿਲੇਓ ਸੋਈ ਜਦੋਂ ਤੱਕ ਅੰਦਰ ਟਿਕਾ ਦੇ ਵਿੱਚ ਨਹੀਂ ਆਇਆ ਅੰਦਰ ਤੇਰਾ ਭਟਕਦਾ ਪਿਆ ਅੰਦਰ ਤੇਰੇ ਨੂੰ ਟਿਕਾ ਨਹੀਂ ਪਰ ਧਰਮ ਦੇ ਸਾਰੇ ਕੰਮ ਕੀਤੇ ਜਾ ਰਹੇ ਅੰਦਰ ਨਾਮ ਦੀ ਬਰਕਤ ਨਹੀਂ ਅੰਦਰ ਨਾਮ ਦਾ ਰੰਗ ਲੱਗਦਾ ਨਹੀਂ ਪਿਆ ਤੇ ਭਗਤ ਸਾਹਿਬ ਕਹਿਣਗੇ ਤੇਰੇ ਕੀਤੇ ਹੋਏ ਸਾਰੇ ਕੰਮ ਵਿਅਰਥ ਨੇ ਜਦੋਂ ਅਸੀਂ ਪਾਵਨ ਬਾਣੀ ਦਾ ਪਾਠ ਕਰਦੇ ਭਗਤ ਪਰਮਾਨੰਦ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਹੈ ਭਗਤ ਪਰਮਾਨੰਦ ਜੀ ਆਵਾਜ਼ ਦੇ ਕੇ ਕਹਿਣਗੇ ਇਹ ਮਨੁੱਖ ਤੈ ਨਰ ਕਿਆ ਪੁਰਾਣ ਸੁਣ ਕੀਨਾ ਇਹ ਨਰ ਇਹ ਬੰਦੇ ਤੂੰ ਪੁਰਾਣਾ ਦਾ ਪਾਠ ਸੁਣਦਾ ਪਰ ਪਾਠ ਸੁਣ ਕੇ ਕੀ ਖਟ ਲਿਆ ਤੈ ਨਰ ਕਿਆ ਪੁਰਾਣ ਸੁਣ ਕੀਨਾ ਅਨ ਪਾਵਨੀ ਭਗਤ ਨਹੀਂ ਉਪਜੀ ਕਹਿਣ ਲੱਗੇ ਹਾਲੇ ਤੱਕ ਤੇਰੇ ਅੰਦਰ ਪ੍ਰਮਾਤਮਾ ਦੀ ਭਗਤੀ ਉਪਜੀ ਨਹੀਂ ਤੇਰੇ ਅੰਦਰ ਨਾਮ ਨਾਲ ਜੁੜਿਆ ਨਹੀਂ ਅਨ ਪਾਵਨੀ ਭਗਤ ਨਹੀਂ ਉਪਜੀ ਭੁੱਖੇ ਦਾਣ ਨਾ ਦੀਨਾ ਕਿਸੇ ਗਰੀਬ ਵਾਲ ਵੇਖ ਕੇ ਤਰਸ ਆਉਂਦਾ ਨਹੀਂ ਕਿਸੇ ਭੁੱਖੇਵਾਲ ਵੇਖ ਕੇ ਅੰਦਰ ਇਹ ਨਹੀਂ ਆਉਂਦਾ ਇਸ ਗਰੀਬ ਨੂੰ ਇਸ ਭੁੱਖੇ ਨੂੰ ਮੈਂ ਕਿਸੇ ਰੋਟੀ ਦੇ ਨਾਲ ਇਹਦੀ ਭੁੱਖ ਸ਼ਾਂਤ ਕਰ ਦਵਾਂ ਅੰਦਰ ਤੇਰੇ ਦਇਆ ਨਹੀਂ ਤੇ ਧਰਮੀ ਵਾਲਾ ਵਿਖਾਵਾ ਕਾਹਦਾ ਕਰੀ ਫਿਰਦਾ ਜਿਹੜੇ ਧਰਮ ਵਾਲੇ ਗੁਣ ਸਨ ਉਹ ਅੰਦਰ ਨਹੀਂ ਤੇ ਤੂੰ ਆਵਾਜ਼ਾਂ ਦੇ ਕੇ ਕਹਿਣਾ ਮੈਂ ਧਰਮ ਵਾਲੇ ਪਾਠ ਪੜਤਨ ਕਰਦਾ ਵੇਦਾਂ ਦਾ ਪਾਠ ਕਰਦਾ ਤੇ ਯਾਦ ਰੱਖਿਓ ਮੈਂ ਇਹ ਅਕਸਰ ਬੇਨਤੀ ਕਰਦਾ ਕੱਲੇ ਵੇਦਾਂ ਦਾ ਪਾਠ ਨਹੀਂ ਆਪਣੇ ਆਪ ਨੂੰ ਵਿੱਚ ਰੱਖ ਕੇ ਵਿਚਾਰ ਕਰਨੀ ਹੈ ਕੱਲਾ ਕਿਸੇ ਹੋਰ ਧਰਮ ਦੇ ਪਾਠ ਪਾठन ਦੀ ਗੱਲ ਨਹੀਂ ਸਾਡੇ ਕੀਤੇ ਜਾ ਰਹੇ ਕਰਮ ਵੀ ਇਸੇ ਗਿਣਤੀ ਵਿੱਚ ਨੇ ਜੇ ਸਾਡੇ ਅੰਦਰ ਵੀ ਨਾਮ ਨਹੀਂ ਹੈ ਤੇ ਭਗਤ ਸਾਹਿਬ ਕਹਿੰਦੇ ਨੇ ਤੈ ਨਰ ਕਿਆ ਪ੍ਰਾਣ ਸੁਣ ਕੀਨਾ ਇਹ ਬੰਦਿਆ ਤੂੰ ਪ੍ਰਾਣਾ ਦਾ ਪਾਠ ਸੁਣ ਕੇ ਕੀ ਖਟ ਲਿਆ ਅਨਪਾਵਨੀ ਭਗਤ ਨਹੀਂ ਉਪਜੀ ਭੁੱਖੇ ਦਾਣ ਨਦੀਨਾ ਕਾਮਣਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵ ਨਾ ਕਾਮ ਗਿਆ ਅੰਦਰੋਂ ਭਰਿਆ ਬੈਠਾ ਕ੍ਰੋਧ ਵੀ ਅੰਦਰੋਂ ਗਿਆ ਨਹੀਂ ਬੜਾ ਧਰਮੀ ਵਾਲਾ ਕੰਮ ਕੋਈ ਆਣ ਕੇ ਮਾਰੀ ਜੀ ਗੱਲ ਕਹੇ ਤੇਰੇ ਤੋਂ ਵੱਧਾ ਕ੍ਰੋਧੀ ਕੋਈ ਨਹੀਂ ਧਰਮ ਸਾਰਾ ਉੱਡ ਜਾਂਦਾ ਬੰਦੇ ਦੇ ਹੰਕਾਰ ਨੂੰ ਛੱਟ ਵੱਜਦੀ ਹੰਕਾਰੀ ਹੋਇਆ ਬੰਦਾ ਫਿਰ ਨਹੀਂ ਵੇਖਦਾ ਮੈਂ ਕਿਹੜੇ ਪਹਿਰਾਵੇ ਵਿੱਚ ਮੈਂ ਕਿਹੜੇ ਕੰਮ ਕਰਦਾ ਪਿਆ ਮਾੜੀ ਜੀ ਹੰਕਾਰ ਨੂੰ ਆਣ ਕੇ ਛੱਟ ਵੱਜਦੀ ਹੈ ਬੰਦਾ ਕ੍ਰੋਧੀ ਹੋ ਜਾਂਦਾ ਸਾਬ ਕਹਿਣ ਲੱਗੇ ਕਾਮਨਾ ਬਿਸਰਿਓ ਕ੍ਰੋਧ ਨਾਲ ਬਿਸਰਿਓ ਲੋਭ ਨਾਲ ਛੋਟਿਓ ਦੇਵਾ ਹਲੇ ਤੱਕ ਲੋਭ ਨਹੀਂ ਗਿਆ ਪਰ ਨਿੰਦਾ ਮੁਖਤੇ ਨਹੀਂ ਛੁੱਟੀ ਹਲੇ ਇਹ ਨਿੰਦਿਆ ਵਾਲੇ ਕੰਮ ਛੁੱਟੇ ਨਹੀਂ ਕੋਈ ਕਿਸੇ ਦਾ ਤੈਨੂੰ ਮਿਲ ਜਾਵੇ ਕਮਜ਼ੋਰੀ ਕਿਸੇ ਦਾ ਕੋਈ ਬੁਰਾਈ ਮਿਲ ਜਾਏ ਦੁਨੀਆ ਦੇ ਵਿੱਚ ਉਛਾਲੇ ਜਾ ਕੇ ਮਾਰਦਾ ਕਿਸੇ ਦੀ ਕੋਈ ਬੁਰਾਈ ਦਾ ਗੁਣ ਮਿਲ ਜਾਵੇ ਨਾ ਕਿ ਇਹਦੇ ਅੰਦਰ ਆਹ ਕਮੀ ਆ ਦੁਨੀਆ ਦੇ ਵਿੱਚ ਜਾ ਕੇ ਉਹਦੀ ਭੰਡੀ ਪ੍ਰਚਾਰ ਕਰਨ ਲੱਗ ਪੈਣਾ ਤੇ ਤੂੰ ਕਹਿਣਾ ਮੇਰੇ ਵਰਗਾ ਭਗਤ ਕੋਈ ਨਹੀਂ ਕਹਿਣ ਲੱਗੇ ਪਰ ਨਿੰਦਾ ਮੁਖਤੇ ਨਹੀਂ ਛੁੱਟੀ ਨਿਫਲ ਭਈ ਸਭ ਸੇਵਾ ਜਿੰਨੇ ਕੰਮ ਕਰਦਾ ਪਿਆ ਸਾਰੇ ਨਿਫਲ ਨੇ ਕਿਉਂਕਿ ਤਤ ਨਹੀਂ ਪਛਾਣਿਆ ਕਿਉਂਕਿ ਜਿਸ ਕੰਮ ਵਾਸਤੇ ਇਹ ਕੰਮ ਕੀਤੇ ਜਾ ਰਹੇ ਸਨ ਉਹ ਕੰਮ ਨੂੰ ਪਛਾਣਿਆ ਨਹੀਂ ਇਸ ਕਰਕੇ ਤੇਰੇ ਇਹ ਕੰਮਾਂ ਦਾ ਲਾਭ ਕੋਈ ਨਹੀਂ ਲਾਭ ਉਦੋਂ ਹੈ ਸਾਬ ਕਹਿਣ ਲੱਗੇ ਜਦੋਂ ਵਿਚਾਰ ਕਰਕੇ ਜਦੋਂ ਪੜ੍ਹ ਕਰਕੇ ਅਗਲੇ ਸਟੈਪ ਤੇ ਵੀ ਪੈਰ ਰੱਖੇਗਾ ਅਗਲੀ ਪੌੜੀ ਤੇ ਵੀ ਜਾਏਗਾ ਤੇ ਇੱਕ ਦ੍ਰਿਸ਼ਟਾਂਤ ਕਿ ਬੰਦੇ ਨੇ ਕੋਠੇ ਤੇ ਚੜ੍ਹਨਾ ਹੋਵੇ ਨਾ ਕੋਠੇ ਤੇ ਚੜਨ ਵਾਸਤੇ ਉਹ ਪੌੜੀ ਤੇ ਪੈਰ ਰੱਖੇ ਤੇ ਪਹਿਲੀ ਪੌੜੀ ਤੇ ਪੈਰ ਰੱਖ ਕੇ ਤੇ 扑ੜਕੀ ਜਾਵੇ ਕਵੇ ਮੈਂ ਕੋਠੇ ਤੇ ਪਹੁੰਚਾਂਗਾ ਤੇ ਲੋਕ ਕਹਿਣਗੇ ਮੂਰਖ ਹੈ ਕੋਠੇ ਤੇ ਪਹੁੰਚਣਾ ਹੈ ਮੰਜ਼ਲ ਤੇ ਪਹੁੰਚਣਾ ਹੈ ਤੇ ਇਹਨੂੰ ਪੌੜੀ ਪਹਿਲੀ ਤੋਂ ਪੈਰ ਚੁੱਕ ਕੇ ਦੂਜੀ ਤੇ ਰੱਖਣਾ ਪਵੇ ਦੂਜੀ ਤੇ ਪੈਰ ਚੁੱਕ ਕੇ ਤੀਜੀ ਤੇ ਰੱਖ ਕੇ ਗਾਂ ਚੱਲਣਾ ਪਵੇਗਾ ਤਾਂ ਮੰਜ਼ਲ ਮਿਲੇਗੀ ਪਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਦੁਨੀਆ ਦੀ ਹਾਲਤ ਇਹ ਹੋਈ ਪਈ ਐ ਦੁਨੀਆ ਦੇ ਲੋਕ ਧਰਮ ਦਾ ਪਹਿਰਾਵਾ ਪਾ ਕੇ ਧਰਮ ਦੇ ਪਾਠ ਪਾਠਨ ਕਰਕੇ ਪੁੜਕੀ ਜਾਂਦੇ ਨੇ ਤੇ ਕਹਿੰਦੇ ਅਸੀਂ ਧਰਮੀ ਸਾਡੇ ਤੋਂ ਵੱਡਾ ਧਰਮੀ ਕੋਈ ਨਹੀਂ ਪਰ ਅੰਦਰ ਧਰਮ ਵਾਲਾ ਗੁਣ ਕੋਈ ਨਹੀਂ ਤੇ ਭਗਤ ਸਾਹਿਬ ਕਹਿਣਗੇ ਭਲਿਓ ਯਾਦ ਰੱਖੋ ਤੁਹਾਡੇ ਅੰਦਰ ਜਦੋਂ ਤੱਕ ਧਰਮ ਵਾਲੇ ਕੰਮ ਨਹੀਂ ਤੁਹਾਡੇ ਅੰਦਰ ਜਦੋਂ ਤੱਕ ਪ੍ਰਮਾਤਮਾ ਦਾ ਨਾਮ ਨਹੀਂ ਟਿਕਦਾ ਪਿਆ ਤੁਹਾਡੇ ਕੀਤੇ ਹੋਏ ਕੰਮਾਂ ਦਾ ਲਾਭ ਕੋਈ ਨਹੀਂ ਤਾਂ ਹੀ ਤੇ ਮਹਾਰਾਜ ਦੀ ਬਾਣੀ ਦਾ ਪਾਵਨ ਬਚਨ ਅਸੀਂ ਸ਼੍ਰਵਣ ਕਰਦੇ ਮਹਾਰਾਜ ਨੇ ਕਿਹਾ ਬਹੁਤ ਪੜਿਆ ਜਾ ਰਿਹਾ ਹੈ ਬਹੁਤ ਸੁਣਿਆ ਜਾ ਰਿਹਾ ਪਰ ਪੜਨ ਸੁਣਨ ਦਾ ਲਾਭ ਉਦੋਂ ਹੈ ਜਦੋਂ ਮਨੁੱਖ ਆਣ ਕਰਕੇ ਹਿਰਦੇ ਵਿੱਚ ਵਸਾਉਂਦਾ ਹੈ ਜਪਜੀ ਸਾਹਿਬ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਤੇ ਨਿਰਨਾ ਹੀ ਕਰ ਦਿੱਤਾ ਉਹਨਾਂ ਨੇ ਜਿੱਥੇ ਪਹਿਲਾਂ ਗਾਉਣ ਵਾਲਿਆਂ ਦੀ ਵਡਿਆਈ ਕੀਤੀ ਠੀਕ ਹੈ ਜਿਹੜੇ ਗਾਉਂਦੇ ਨੇ ਬੜੀ ਮਹਾਨਤਾ ਹੈ ਭਾਈ ਗਾਉਂਦੇ ਪਏਓ ਜਿਹੜੇ ਸੁਣਦੇ ਨੇ ਬੜੀ ਮਹਾਨਤਾ ਹੈ ਤੁਸੀਂ ਰੱਬ ਦੇ ਨਾਮ ਦੀ ਬਾਤ ਨੂੰ ਗਾਉਂਦੇ ਵੀ ਹੋ ਸੁਣਦੇ ਵੀ ਹੋ ਪਰ ਸਾਬ ਕਹਣ ਲੱਗੇ ਇਹ ਨਾ ਸੋਚੀਂ ਸਿੱਖਾ ਤੇਰੀ ਮੰਜ਼ਲ ਕੇਵਲ ਗਾਉਣ ਸੁਣਨ ਤੱਕ ਹੈ ਜੇ ਆਪਣੀ ਮੰਜ਼ਲ ਨੂੰ ਗਾਉਣ ਤੋਂ ਲੈ ਕਰਕੇ ਸੁਣਨ ਤੱਕ ਸਮਝੀ ਬੈਠਾ ਤੇ ਭੁਲੇਖੇ ਦੇ ਵਿੱਚ ਹੈ ਇਹਦੇ ਤੋਂ ਅੱਗੇ ਸਤਿਗੁਰੂ ਨੇ ਮੰਨੇ ਵਾਲੀਆਂ ਪੌੜੀਆਂ ਉਚਾਰ ਕੇ ਦੱਸ ਦਿੱਤਾ ਤੇਰੀ ਮੰਜ਼ਲ ਅਗਾਹ ਮੰਨਣ ਤੱਕ ਜਾਂਦੀ ਹੈ ਗਾਵੀਆ ਸੁਣੀਏ ਮਨ ਰੱਖੀਐ ਭਾਉ ਜੇ ਗਾਉਣ ਸੁਣਨ ਦੇ ਨਾਲ ਪਰਮਾਤਮਾ ਦਾ ਪਿਆਰ ਨਾ ਉਪਜਿਆ ਜੇ ਗਾਉਣ ਸੁਣਨ ਦੇ ਨਾਲ ਤੇਰੇ ਹਿਰਦੇ ਅੰਦਰ ਪਰਮਾਤਮਾ ਦੀ ਭਗਤੀ ਨਾ ਉਪਜੀ ਤੇ ਕਿਸੇ ਪਾਠ ਪਾठन ਕਰਨ ਦਾ ਕਿਸੇ ਵੇਦਾਂ ਸਾਸ਼ਤਰਾਂ ਦੇ ਧਰਮ ਗ੍ਰੰਥਾਂ ਦੀ ਵਿਚਾਰ ਕਰਨ ਦਾ ਲਾਭ ਕੋਈ ਨਹੀਂ ਕਿਉਂਕਿ ਪਾਵਨ ਬਾਣੀ ਦਾ ਬਚਨ ਹੈ ਨਾ ਕਿ ਜਿੰਨੇ ਵੀ ਧਰਮ ਗ੍ਰੰਥ ਨੇ ਜਿੰਨੇ ਵੀ ਧਰਮ ਦੇ ਗ੍ਰੰਥ ਨੇ ਸਾਰਿਆਂ ਨੇ ਜਦੋਂ ਤਤ ਕੱਢ ਕੇ ਨਿਰਣਾ ਕੀਤਾ ਨਿਰਨਾ ਇੱਕੋ ਹੀ ਕੀਤਾ ਭਲਿਆ ਨਾਮ ਤੋਂ ਬਿਨਾ ਤੇਰਾ ਛੁਟਕਾਰਾ ਨਹੀਂ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਸਾਰਾ ਕੁਝ ਕੂੜ ਹੈ ਨਾਮ ਤੋਂ ਬਿਨਾ ਬੰਦੇ ਅਕਾਲ ਪੁਰਖ ਦੀ ਭਗਤੀ ਤੋਂ ਬਿਨਾ ਜਿੰਨੇ ਕੰਮ ਕੀਤੇ ਗਏ ਕਹਿਣ ਲੱਗੇ ਸਭ ਕੂੜ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ ਇਦੇ ਤੋਂ ਬਿਨਾ ਛੁਟਕਾਰਾ ਨਹੀਂ ਤੇ ਜੇ ਤੂੰ ਸਮਝੀ ਬੈਠਾ ਅੰਦਰ ਨਾਮ ਨਹੀਂ ਅੰਦਰ ਭਗਤੀ ਨਹੀਂ ਅੰਦਰ ਅਕਾਲ ਪੁਰਖ ਦੀ ਸਿਫਤ ਤੋਂ ਸਲਾਹ ਨਹੀਂ ਬਾਹਰ ਦਾ ਚੋੜਾ ਬੜਾ ਸੋਹਣਾ ਹੈ ਚੋਲੇ ਨੂੰ ਵੇਖ ਕੇ ਦੁਨੀਆ ਨਮਸਕਾਰ ਕਰ ਦਿੰਦੀ ਸਤਕਾਰ ਕਰ ਦਿੰਦੀ ਤੂੰ ਭਰਮ ਬਣਾਈ ਬੈਠਾ ਮੈਂ ਧਰਮੀ ਹਾਂ ਤੇ ਸਤਿਗੁਰ ਕਹਿਣਗੇ ਨਹੀਂ ਭਾਈ ਇਹ ਧਰਮ ਦਾ ਪਹਿਰਾਵਾ ਹੈ ਧਰਮੀ ਨਹੀਂ ਧਰਮੀ ਹੋਣ ਵਾਸਤੇ ਅੰਦਰ ਗੁਣ ਹੋਣੇ ਚਾਹੀਦੇ ਧਰਮੀ ਹੋਣ ਵਾਸਤੇ ਤੇਰੇ ਅੰਦਰ ਉਸ ਨਾਮ ਦੀ ਚਿੰਗ ਲੱਗੀ ਹੋਵੇ ਤੇਰੀ ਸੰਗਤ ਵਿੱਚ ਜਿਹੜਾ ਵੀ ਆਵੇ ਜਿਹੜਾ ਤੇਰੀ ਸੰਗਤ ਨੂੰ ਮਾਣੇ ਉਹਦੇ ਅੰਦਰ ਵੀ ਰੰਗ ਲੱਗ ਜੇ ਅੱਜ ਰੰਗ ਤਾਂ ਨਹੀਂ ਲੱਗਦਾ ਪਿਆ ਕਿਉਂਕਿ ਮੇਰੇ ਵਰਗੇ ਕਹਿਣ ਵਾਲੇ ਬੜੇ ਪਰ ਕਹਿੰਦੇ ਪਏ ਨੇ ਮੰਨਦੇ ਨਹੀਂ ਪਏ ਸੁਣਨ ਵਾਲੇ ਬੜੇ ਪਰ ਸੁਣਦੇ ਪਏ ਨੇ ਮੰਨਣ ਤੱਕ ਪਹੁੰਚਦੇ ਨਹੀਂ ਪਏ ਤੇ ਭਾਈ ਗੁਰਦਾਸ ਜੀ ਨੇ ਵੀ ਇੱਕ ਨਿਰਣਾ ਆਪਣੀ ਕਵਿਤਾ ਅੰਦਰ ਕਹਿਤਾ ਭਾਈ ਗੁਰਦਾਸ ਜੀ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਸਮਝਾਇਆ ਭਾਈ ਜੇ ਕੇਵਲ ਤੇ ਕੇਵਲ ਪੜ੍ਹਨ ਸੁਣਨ ਤੱਕ ਸੀਮਤ ਹੈ ਫਿਰ ਛੁਟਕਾਰਾ ਨਹੀਂ ਹੈ ਤਿੰਨ ਉਦਾਹਰਨਾਂ ਦੁਨਿਆਵੀ ਭਾਈ ਗੁਰਦਾਸ ਜੀ ਨੇ ਪਹਿਲੀ ਉਦਾਹਰਨ ਦਿੱਤੀ ਕਹਿਣ ਲੱਗੇ ਕਿਸੇ ਪਿੰਡ ਜਾਣਾ ਕਿਸੇ ਨੇ ਕਿਸੇ ਦੇ ਸ਼ਹਿਰ ਜਾਣਾ ਤੇ ਪੁੱਛ ਲਿਆ ਰਸਤੇ ਵਿੱਚੋਂ ਭਾਈ ਇਸ ਪਿੰਡ ਨੂੰ ਰਸਤਾ ਕਿਹੜਾ ਉਹਨੇ ਕਹਿ ਦਿੱਤਾ ਇਸ ਪਿੰਡ ਨੂੰ ਰਸਤਾ ਜਾਣਾ ਇਹ ਰਸਤਾ ਜਾਂਦਾ ਹੈ ਅੱਗੇ ਆਹ ਪਿੰਡ ਆਵੇਗਾ ਉਸ ਤੋਂ ਅਗਾ ਤੇਰੀ ਮੰਜ਼ਿਲ ਸੁਣ ਲਿਆ ਪਰ ਚੱਲਿਆ ਨਾ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਮੰਜ਼ਲ ਤੇ ਗੱਲਾਂ ਨਾਲ ਥੋੜੀ ਪਹੁੰਚਿਆ ਜਾਂਦਾ ਹੈ ਮੰਜ਼ਲ ਤੇ ਪਹੁੰਚਣਾ ਹੈ ਉਸ ਪਿੰਡ ਪਹੁੰਚਣਾ ਹੈ ਪਿਆਰੇ ਦੇ ਸ਼ਹਿਰ ਵਿੱਚ ਪਹੁੰਚਣਾ ਹੈ ਜਿੰਨੂੰ ਮਿਲਣ ਜਾਣਾ ਹੈ ਤੇ ਪੁੱਛ ਤੇ ਲਿਆ ਭਾਈ ਇਹ ਰਸਤਾ ਜਾਂਦਾ ਹੈ ਚੱਲੇਗਾ ਨਹੀਂ ਤੇ ਪਹੁੰਚੇਗਾ ਨਹੀਂ ਪੂਸ਼ਿਤ ਪਥਕ ਤਹ ਮਾਰਗ ਨਾ ਧਾਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਕਹਿ ਜਾਈਏ ਗੱਲਾਂ ਨਾਲ ਕਿਵੇਂ ਚਲੇ ਜਾਏਗਾ ਜੇ ਚਾਹਨਾ ਹੈ ਉਹਦੇ ਦੇਸ਼ ਵਿੱਚ ਪਹੁੰਚਣਾ ਹੈ ਜੇ ਚਾਹਨਾ ਹੈ ਉਸ ਮੰਜ਼ਲ ਤੇ ਪਹੁੰਚਣਾ ਤੈਨੂੰ ਚੱਲਣਾ ਪਵੇਗਾ ਦੂਸਰੀ ਉਦਾਹਰਨ ਪੂਸ਼ਤ ਹੈ ਵੈਦ ਖਾਕ ਔਖਦਨ ਸੰਜਮਸੈ ਕਹਿਣ ਲੱਗੇ ਬੰਦਾ ਬਿਮਾਰ ਹੋਇਆ ਰੋਗੀ ਹੋਇਆ ਰੋਗੀ ਹੋਏ ਨੇ ਜਾ ਕਰਕੇ ਡਾਕਟਰ ਨੂੰ ਕਿਹਾ ਵੈਦ ਜੀ ਡਾਕਟਰ ਜੀ ਹਾਲਤ ਖਰਾਬ ਹੈ ਸਿਹਤ ਢਿੱਲੀ ਹੈ ਕੋਈ ਦਵਾਈ دارو ਦਾ ਪ੍ਰਬੰਧ ਕਰ ਦਿਓ ਉਹਨਾਂ ਨੇ ਦਵਾਈ ਦੇ ਦਿੱਤੀ ਕਹਿਣ ਲੱਗੇ ਲਿਆ ਕੇ ਘਰ ਵਿੱਚ ਅੰਗੀਠੀ ਤੇ ਰੱਖ ਦਿੱਤੀ ਤੇ ਕਵੇਂ ਆਰਾਮ ਆਵੇ ਦਵਾਈ ਤੇ ਲੈ ਆਂਦੀ ਨਾ ਡਾਕਟਰ ਨੂੰ ਪੁੱਛਿਆ ਵੀ ਹੈ ਆਪਣੀ ਵਿਥਿਆ ਦੱਸੀ ਵੀ ਹੈ ਉਹਨੇ ਹਾਲਤ ਵੇਖ ਕੇ ਦਵਾਈ ਵੀ ਦੇ ਦਿੱਤੀ ਤੇ ਸੋਚਦਾ ਪਿਆ ਆਰਾਮ ਆ ਜਾਵੇ ਖਾਦੀ ਨਾ ਤੇ ਭਾਈ ਗੁਰਦਾਸ ਸਾਹਿਬ ਕਹਿਣਗੇ ਨਾ ਭਾਈ ਦਵਾਈ ਖਾਣ ਤੋਂ ਬਿਨਾ ਆਰਾਮ ਨਹੀਂ ਆ ਸਕਦਾ ਤੀਸਰੀ ਉਦਾਹਰਨ ਭਾਈ ਗੁਰਦਾਸ ਸਾਹਿਬ ਦਿੰਦੇ ਕਹਿਣ ਲੱਗੇ ਪੂਸ਼ਤ ਸੁਹਾਗਣ ਹੈ ਕਰਮ ਦੁਹਾਗਣ ਕੈ ਕਿਸੇ ਉਸ ਇਸਤਰੀ ਨੇ ਜਿਹੜੀ ਅਣਵਿਆਹੀ ਸੀ ਕੁਵਾਰੀ ਸੀ ਉਨੇ ਸੁਹਾਗਣਾਂ ਨੂੰ ਵੇਖ ਕੇ ਪੁੱਛਿਆ ਭੈਣੋ ਤੁਸੀਂ ਸਹੁਰੇ ਘਰ ਬੜਾ ਸੁਖੀ ਜੀਵਨ ਬਤੀਤ ਕਰਦੀਆਂ ਤੁਹਾਡੀ ਸੋਭਾ ਹੁੰਦੀ ਤੁਸੀਂ ਵਿਆਹੀਆਂ ਗਈਆਂ ਤੁਹਾਡੇ ਸਹੁਰੇ ਘਰ ਇੱਜ਼ਤ ਹੁੰਦੀ ਐ ਸੱਸ ਸਹੁਰਾ ਸਤਿਕਾਰ ਕਰਦਾ ਪਿਆ ਤੁਸੀਂ ਇੱਥੇ ਆਉਂਦੀਆਂ ਹੋ ਤੁਹਾਡਾ ਇੱਥੇ ਵੀ ਮਾਣ ਸਤਿਕਾਰ ਹੁੰਦਾ ਐ ਮੈਨੂੰ ਵੀ ਦੱਸੋ ਕਿਹੜੇ ਚੰਗੇ ਗੁਣ ਨੇ ਕਿਹੜੇ ਕੰਮ ਨੇ ਜਿੰਨਾ ਕਰਕੇ ਸਹੁਰੇ ਘਰ ਤੇ ਪੇਕੇ ਘਰ ਸਤਿਕਾਰ ਹੁੰਦਾ ਹੈ ਕਿਹੜੇ ਕੰਮ ਨੇ ਜਿਹੜੇ ਕੰਮ ਕੀਤੇਆਂ ਸਤਕਾਰ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਉਸ ਕੁਆਰੀ ਕੁੜੀ ਨੇ ਸੁਹਾਗਣਾ ਨੂੰ ਪੁੱਛਿਆ ਭੈਣੋ ਦੱਸੋ ਮੈਂ ਵੀ ਸਿਫਤ ਖਟਨਾ ਚਾਹੁੰਨੀ ਆ ਮੈਂ ਵੀ ਚਾਹਾਂਗੀ ਜਦੋਂ ਮੇਰਾ ਵਿਆਹ ਹੋਵੇ ਮੈਂ ਅਗਲੇ ਘਰ ਜਾਵਾਂ ਉੱਥੇ ਮੇਰੀ ਸਿਫਤ ਹੋਵੇ ਤੇ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਸੁਹਾਗਣਾ ਨੇ ਦੱਸ ਦਿੱਤਾ ਭੈਣੇ ਸਹੁਰੇ ਘਰ ਜਾਣਾ ਐ ਐ ਕੰਮ ਕਰੀ ਇੱਜ਼ਤ ਕਰੀ ਚੰਗੇ ਸਮੇਂ ਤੇ ਉਠੀ ਚੰਗਾ ਸਾਰਿਆਂ ਨੂੰ ਰੋਟੀ ਪਾਣੀ ਸਤਕਾਰ ਨਾਲ ਪੁੱਛੀ ਸਾਰੇ ਕੰਮ ਦੱਸ ਦਿੱਤੇ ਪਰ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਉਹਨੇ ਸੁਣ ਲਏ ਕਮਾਏ ਕੋਈ ਨਾ ਜਾ ਕਰਕੇ ਕੰਮ ਦੁਹਾਗਣਾ ਵਾਲੇ ਕਰਦੀ ਐ ਤੇ ਲੋਕ ਕਹਿਣਗੇ ਇਹਦੀ ਸਿਫਤ ਹੋਵੇ ਨਹੀਂ ਹੋ ਸਕਦੀ ਕਿਵੇਂ ਹੋਵੇਗੀ ਕਹਿਣ ਲੱਗੇ ਜਦੋਂ ਤੱਕ ਕਰਮ ਅਪਣਾਏ ਨਹੀਂ ਠੀਕ ਐ ਸੁਹਾਗਣਾ ਨੂੰ ਪੁੱਛਿਆ ਹੈ ਸੁਹਾਗਣਾ ਨੇ ਦੱਸ ਦਿੱਤਾ ਪਰ ਆਪਣੇ ਜੀਵਨ ਅੰਦਰ ਜਦੋਂ ਤੱਕ ਉਹ ਕੰਮ ਕਮਾਏ ਨਹੀਂ ਜਦੋਂ ਤੱਕ ਕੰਮ ਸੁਹਾਗਣਾ ਵਾਲੇ ਕਰਦੀ ਪਈ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਨਹੀਂ ਉਦੋਂ ਤੱਕ ਉਹ ਸੁਹਾਗਣਾ ਵਾਲਾ ਸੁਖੀ ਜੀਵਨ ਬਤੀਤ ਨਹੀਂ ਕਰ ਸਕਦੀ ਜੇ ਸੁਖੀ ਜੀਵਨ ਬਤੀਤ ਕਰਨਾ ਚਾਹੁੰਦੀ ਹੈ ਉਹਨੂੰ ਉਹਨਾਂ ਸੁਹਾਗਣਾ ਦੀ ਗੱਲ ਨੂੰ ਮੰਨਣਾ ਪਵੇਗਾ ਹੁਣ ਅੰਤ ਤੱਤ ਕੱਢ ਕੇ ਭਾਈ ਗੁਰਦਾਸ ਸਾਹਿਬ ਸਮਝਾਉਂਦੇ ਨੇ ਕਹਿਣ ਲੱਗੇ ਗਾਏ ਸੁਣੈ ਆਖੇ ਮੀਚੈ ਪਈਆਂ ਨਾ ਪਰਮ ਪਦ ਬੜੇ ਆਵੰਦੇ ਗਾਉਂਦੇ ਵੀ ਬਹੁਤ ਸੋਹਣਾ ਨੇ ਅੱਖਾਂ ਵੀ ਬੜੀਆਂ ਸੋਹਣੀਆਂ ਮੀਟ ਲੈਂਦੇ ਕੋਈ ਉਹਨਾਂ ਤੋਂ ਵਧੀਆ ਅੱਖਾਂ ਵੀ ਮੀਟ ਦਾ ਨਹੀਂ ਜਿਹੜਾ ਵੇਖਦਾ ਪ੍ਰਭਾਵਿਤ ਹੋ ਜਾਂਦਾ ਗਾਏ ਸੁਣੈ ਆਖੇ ਮੀਚੈ ਪਾਈਐ ਨਾ ਪਰਮ ਪਦ ਜਣ ਲੱਗੇ ਪਰ ਇੱਕ ਤਤ ਦੀ ਗੱਲ ਹੈ ਇਹ ਗਾਉਣ ਦੇ ਨਾਲ ਸੁਣਨ ਦੇ ਨਾਲ ਕੱਲਾ ਅੱਖਾਂ ਨੂੰ ਮੀਟਣ ਦੇ ਨਾਲ ਪਰਮ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੇ ਗਾਉਣ ਦੇ ਨਾਲ ਹੁੰਦੀ ਜੇ ਕੇਵਲ ਅੱਖਾਂ ਮੀਟਣ ਦੇ ਨਾਲ ਹੁੰਦੀ ਤੇ ਅੱਜ ਬਹੁਤਾਤ ਦੁਨੀਆ ਧਰਮੀ ਹੁੰਦੀ ਅੱਜ ਧਰਮ ਦਾ ਬੋਲ ਬਾਲਾ ਹੁੰਦਾ ਇਸ ਸੰਸਾਰ ਦੇ ਅੰਦਰ ਕਹਿਣ ਲੱਗੇ ਨਹੀਂ ਪਾਈ ਗਾਏ ਸੁਣੇ ਆਖੇ ਮੀਚੇ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜੋ ਲਾਉ ਨਾ ਕਮਾਈਐ ਜਦੋਂ ਤੱਕ ਗੁਰੂ ਦਾ ਉਪਦੇਸ਼ ਕਮਾਇਆ ਨਹੀਂ ਜਾ ਰਿਹਾ ਭਗਤ ਕਬੀਰ ਜੀ ਨੇ ਵੀ ਤੇ ਇਹੋ ਸਮਝਾਇਆ ਨਾ ਕਿਆ ਪੜੀਐ ਕਿਆ ਸੁਣੀਐ ਕਿਆ ਵੇਦ ਪੁਰਾਨਾ ਸੁਣੀਐ ਕਿਆ ਪੜੀਐ ਕਿਆ ਗੁਣੀਐ ਕੀ ਪੜਦਾ ਪਿਆ ਇਹਦਾ ਲਾਭ ਕੀ ਕੀ ਵਿਚਾਰਦਾ ਪਿਆ ਇਹਦਾ ਲਾਭ ਕੀ ਕਹਿਣ ਲੱਗੇ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾਲ ਮਿਲਿਓ ਸੋਈ ਜਦੋਂ ਤੱਕ ਅੰਦਰ ਟਿਕਾੜ ਨਹੀਂ ਜਦੋਂ ਤੱਕ ਅੰਦਰ ਨਾਮ ਦੀ ਚਿੰਗਣੀ ਲੱਗਦੀ ਉਦੋਂ ਤੱਕ ਨਾ ਪੜਨ ਦਾ ਲਾਭ ਹੈ ਉਦੋਂ ਤੱਕ ਨਾ ਸੁਣਨ ਦਾ ਲਾਭ ਹੈ ਪਰ ਮਨੁੱਖ ਦੀ ਇੱਕ ਫਿਤਰਤ ਹੈ ਮਨੁੱਖ ਕਹਿੰਦਾ ਮੈਂ ਭਾਵੇਂ ਨਾ ਮੰਨਾਂ ਪਰ ਦੂਸਰੇ ਮੰਨਣ ਮੈਨੂੰ ਮੰਨਣ ਦੀ ਲੋੜ ਨਹੀਂ ਠੀਕ ਹੈ ਮੈਂ ਸਨਮ ਦਾ ਪਿਆ ਪਰ ਮੈਨੂੰ ਆਪਣੇ ਜੀਵਨ ਅੰਦਰ ਧਾਰਨ ਦੀ ਲੋੜ ਕੋਈ ਨਹੀਂ ਸੁਣਨ ਵਾਲਾ ਕਹਿੰਦਾ ਮੈਨੂੰ ਹਾਲੇ ਆਪਣੇ ਜੀਵਨ ਅੰਦਰ ਧਾਰਨ ਦੀ ਲੋੜ ਕੋਈ ਨਹੀਂ ਬਾਕੀ ਐਨੇ ਬੈਠੇ ਨੇ ਸਾਰੇ ਧਾਰ ਲੈਣਗੇ ਇੱਕ ਨਾ ਮੀ ਆਪਣੇ ਜੀਵਨ ਅੰਦਰ ਧਰਮ ਦੇ ਕੰਮ ਕਮਾਏਗਾ ਤੇ ਕੀ ਹੋਵੇਗਾ ਪਰ ਸਹਿਬ ਕਹਿਣ ਲੱਗੇ ਨਹੀਂ ਭਾਈ ਬਾਹਰ ਦੀ ਯਾਤਰਾ ਛੱਡ ਕੇ ਅੰਦਰ ਦੀ ਯਾਤਰਾ ਆਪਣੇ ਆਪ ਨੂੰ ਸਵਾਰਨ ਦਾ ਜਿੱਦਣ ਆਰੰਭ ਕਰੇਗਾ ਉਹ ਦਿਨ ਤੇਰਾ ਪੜਿਆ ਸੁਣਿਆ ਸਭ ਥਾਂ ਪਵੇਗਾ ਭਗਤ ਕਬੀਰ ਜੀ ਨੇ ਸਮਝਾਇਆ ਕਹਿਣ ਲੱਗੇ ਪੜ੍ਹਨ ਸੁਣਨ ਦਾ ਲਾਭ ਉਦੋਂ ਹੋਵੇਗਾ ਜਦੋਂ ਤੂੰ ਆਪਣੇ ਜੀਵਨ ਅੰਦਰ ਅਕਾਲ ਪੁਰਖ ਦੇ ਨਾਮ ਨੂੰ ਟਿਕਾਵੇਂਗਾ ਜਦੋਂ ਤੂੰ ਤਤ ਨੂੰ ਪਛਾਣੇਗਾ ਜੇ ਤਤ ਗਵਾਏ ਜਾ ਰਹੇ ਆ ਤਤ ਨੂੰ ਗਵਾ ਕਰਕੇ ਜਿੰਨੇ ਕੰਮ ਕਰੇਗਾ ਉਹਨਾਂ ਦਾ ਲਾਭ ਕੋਈ ਨਹੀਂ ਮੈਂ ਇੱਕ ਦ੍ਰਿਸ਼ਟਾਂਤ ਪਹਿਲਾਂ ਵੀ ਦਿੱਤਾ ਸੀ ਕਿ ਇੱਕ ਮਾਤਾ ਨੇ ਆਪਣੇ ਰਿੜਕਣੇ ਦੇ ਵਿੱਚ ਦੁੱਧ ਨੂੰ ਪਾ ਕੇ ਕਰਕੇ ਰਿੜਕੀ ਜਾਂਦੀ ਰਿੜਕੀ ਜਾਂਦੀ ਮੱਖਣ ਨਿਕਲਦਾ ਮੱਖਣ ਨੂੰ ਚੁੱਕ ਕਰਕੇ ਛੱਟ ਦਿੰਦੀ ਪਛਾਣ ਨਹੀਂ ਮੱਖਣ ਦੀ ਤਤ ਦੀ ਸਾਰੀ ਦਿਹਾੜੇ ਰੜਕੀ ਜਾਂਦੀ ਹੈ ਕੁਝ ਪ੍ਰਾਪਤੀ ਤੇ ਹੋ ਨਹੀਂ ਰਹੀ ਜਿਹੜਾ ਮੱਖਣ ਸੀ ਉਹਨੂੰ ਛੁੱਟੀ ਜਾ ਰਹੀ ਹੈ ਮੱਖਣ ਸਾਹਮਣੇ ਨਹੀਂ ਪਈ ਤੇ ਲੋਕ ਕਹਿਣਗੇ ਉਹ ਸਿਆਣੀ ਥੋੜੀ ਹੈ ਠੀਕ ਹੈ ਰੜਕ ਬਹੁਤ ਰਹੀ ਹੈ ਬਹੁਤ ਮਿਹਨਤ ਕਰ ਰਹੀ ਹੈ ਰੜਕਣ ਵਿੱਚ ਕਮੀ ਕੋਈ ਨਹੀਂ ਪਰ ਜਿਹੜੇ ਤਤ ਨੂੰ ਪਛਾਣਨਾ ਸੀ ਜਿਹੜੇ ਤਤ ਨੂੰ ਸਾਹਮਣਾ ਸੀ ਉਹ ਤਤ ਨੂੰ ਹਲੇ ਤੱਕ ਪਛਾਣ ਨਹੀਂ ਸકી ਉਸ ਤਤ ਨੂੰ ਹਲੇ ਤੱਕ ਸਮਝ ਨਹੀਂ ਸਕੀ ਤੇ ਭਗਤ ਕਬੀਰ ਸਾਹਿਬ ਕਹਿਣਗੇ ਹਰ ਕਾ ਨਾਮ ਨਾ ਜਪਸ ਗਵਾਰਾ ਜੇ ਹਰੀ ਪਰਮਾਤਮਾ ਦਾ ਨਾਮ ਨਹੀਂ ਜਪਦਾ ਪਿਆ ਜੇ ਅਕਾਲ ਪੁਰਖ ਦੇ ਨਾਮ ਨਾਲ ਜੁੜਦਾ ਨਹੀਂ ਪਿਆ ਤੇ ਤੂੰ ਬੇਸਮਝੀ ਵਿੱਚ ਜੀ ਰਿਆਂ ਹੈ ਕਿਆ ਸੋਚੇ ਬਾਰੰਗ ਬਾਰਾ ਨਾਮ ਨੂੰ ਛੱਡ ਕੇ ਜਿੰਨੇ ਕੰਮ ਕਰਦਾ ਪਿਆ ਜਿੰਨੀਆਂ ਸੋਚਾਂ ਦੇ ਵਿੱਚ ਪਿਆ ਹੋਇਆ ਇਹ ਸਭ ਵਿਅਰਥ ਨੇ ਬੰਦੇ ਦੇ ਸੋਚਣ ਨਾਲ ਕੀ ਹੋਣਾ ਕਹਿਣ ਲੱਗੇ ਤੂੰ ਇੰਨਾ ਸੋਚਦਾ ਪਰ ਯਾਦ ਰੱਖੀ ਤੇਰੀ ਸੋਚ ਦਾ ਟਿਕਾਣਾ ਕੋਈ ਨਹੀਂ ਤੇਰੀ ਸੋਚ ਦਾ ਲਾਭ ਕੋਈ ਨਹੀਂ ਜਿੰਨਾ ਸੋਚੀ ਜਾਏਗਾ ਇਹਦਾ ਲਾਭ ਪ੍ਰਾਪਤ ਹੋਣ ਵਾਲਾ ਨਹੀਂ ਅੰਧਿਆਰੇ ਦੀਪਕ ਚਾਹੀਏ ਭਗਤ ਸਾਹਿਬ ਕਹਿਣ ਲੱਗੇ ਕਹਿਣ ਲੱਗੇ ਹਨੇਰੇ ਦੇ ਵਿੱਚ ਚਾਨਣ ਕਰਨ ਵਾਸਤੇ ਇੱਕ ਦੀਵੇ ਦੀ ਲੋੜ ਹੁੰਦੀ ਇੱਕ ਬਸਤ ਅਗੋਚਰ ਲਹੀ ਹੈ ਜਿਸ ਦੀਵੇ ਦੇ ਨਾਲ ਜਿਹੜੀ ਬਸਤ ਅਗੋਚਰ ਹੈ ਨਾ ਦਿਖਦੀ ਨਹੀਂ ਜਿਹੜੀ ਵਸਤੂ ਦਿਖਦੀ ਨਹੀਂ ਪਈ ਉਹਨੂੰ ਲੱਭਣ ਦੇ ਵਾਸਤੇ ਇੱਕ ਦੀਵੇ ਦੀ ਲੋੜ ਹੈ ਇੱਕ ਦੀਵੇ ਨੂੰ ਜਗਾ ਕਰਕੇ ਉਸ ਅਣਦੇਸ ਦੀ ਵਸਤੂ ਨੂੰ ਅਸੀਂ ਪ੍ਰਾਪਤ ਕਰਨਾ ਹੈ ਤੇ ਕਿਹੜਾ ਦੀਵਾ ਹੈ ਜਿਹੜਾ ਉਸ ਅਗੋਚਰ ਵਸਤੂ ਤੱਕ ਪਹੁੰਚਾ ਸਕਦਾ ਹੈ ਸਾਬ ਨੇ ਕਿਹਾ ਉਹ ਦੀਵਾ ਹੈ ਗਿਆਨ ਦਾ ਗੁਰੂ ਦੇ ਸ਼ਬਦ ਦਾ ਦੀਵਾ ਜਦੋਂ ਤੱਕ ਤੇਰੇ ਹਿਰਦੇ ਅੰਦਰ ਉਹ ਦੀਵਾ ਨਹੀਂ ਨਾ ਜਗਿਆ ਹੋਇਆ ਦੀਵਾ ਨਹੀਂ ਉਦੋਂ ਤੱਕ ਤੇਰੇ ਜੀਵਨ ਦੇ ਕੀਤੇ ਹੋਏ ਕੰਮ ਵਿਅਰਥ ਨੇ ਪਰ ਪਗਤ ਸਾਹਿਬ ਨੇ ਨਾਲ ਇਹ ਵੀ ਕਿਹਾ ਕਹਿਣ ਲੱਗੇ ਇੱਕ ਬੰਦੇ ਦੇ ਕੋਲ 100 ਦੀਵਾ ਪਿਆ ਦੀਵਿਆਂ ਦੀ ਕਮੀ ਕੋਈ ਨਹੀਂ ਪਰ ਦੀਵੇ ਸਾਰੇ ਬੁਝੇ ਹੋਏ ਨੇ ਸਾਰੇ ਬੁਝੇ ਹੋਏ ਦੀਵੇ ਤੇ 100 ਦੀਵਾ ਰੱਖ ਕੇ ਕਹੇ ਮੇਰੇ ਘਰ ਚਾਨਣ ਹੋਵੇ ਚਾਨਣ ਨਹੀਂ ਹੋਣਾ ਘਰ ਵਿੱਚ ਚਾਨਣ ਕਰਨ ਵਾਸਤੇ ਭਾਵੇਂ 100 ਨਾ ਹੋਵੇ ਇੱਕ ਹੋਵੇ ਪਰ ਦੀਵਾ ਬਲਿਆ ਹੋਣਾ ਚਾਹੀਦਾ ਹੈ ਠੀਕ ਹੈ ਗਿਣਤੀ ਦੇ ਵਿੱਚ ਘਟ ਹੋ ਜਾਣ ਪਰ ਦੀਵੇ ਉਸ ਨੇ ਚਾਨਣ ਕਰਨਾ ਜਿਹੜਾ ਦੀਵਾ ਬਲਦਾ ਪਿਆ ਜਿਹੜੇ ਦੀਵੇ ਨੂੰ ਅੱਗ ਲੱਗੀ ਉਹਨੇ ਰੋਸ਼ਨੀ ਕਰਨੀ ਚਾਨਣ ਉਹ ਕਰ ਸਕਦਾ ਹੈ ਭਗਤ ਸਾਹਿਬ ਕਹਿਣ ਲੱਗੇ ਬੰਦਿਆ ਇਸੇ ਤਰ੍ਹਾਂ ਤੂੰ ਗਿਣਤੀ ਵਿੱਚ ਭਾਵੇਂ ਘਟ ਕਰ ਲੈ ਗਿਣਤੀ ਵਿੱਚ ਪਾਠ ਪਾठन ਭਾਵੇਂ ਥੋੜਾ ਹੋਵੇ ਤਾਂ ਹੀ ਤੇ ਮਹਾਰਾਜ ਨੇ ਸੁਖਨੀ ਸਾਹਿਬ ਅੰਦਰ ਕਿਹਾ ਨਾ ਕਿਣਕਾ ਏਕ ਜਸ ਜੀਵ ਬਸਾਵੇ ਬਹੁਤੀ ਤੇ ਗੱਲ ਹੀ ਨਹੀਂ ਕੀਤੀ ਕਹਿਣ ਲੱਗੇ ਤੂੰ ਗਿਣਤੀਆਂ ਮਿੰਟੀਆਂ ਸਮੇਂ ਦਾ ਹਿਸਾਬ ਰੱਖੀ ਫਿਰਦਾ ਹੈ ਤੁ ਕਿਣਕਾ ਵੀ ਹਿਰਦੇ ਵਿੱਚ ਵਸਾ ਕੇ ਵੇਖ ਲੈ ਜ ਜਦੋਂ ਕਿਣਕਾ ਵੀ ਵਸ ਗਿਆ ਕਹਿਣ ਲੱਗੇ ਤੇਰੀ ਕੀਮਤ ਹੀ ਨਹੀਂ ਪੈਣੀ ਤੇਰੀ ਵਡਿਆਈ ਏਨੀ ਵੱਡੀ ਹੋ ਜਾਣੀ ਤੇਰੀ ਵਡਿਆਈ ਏਨੀ ਉੱਚੀ ਕਿਣਕਾ ਏਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਕਹਿਣ ਲੱਗੇ ਉਹਦੀ ਤੇ ਮਹਿਮਾ ਹੀ ਨਹੀਂ ਕਹੀ ਜਾ ਸਕਦੀ ਜਿਹੜਾ ਬਾਣੀ ਨੂੰ ਕਿਣਕਾ ਮਾਤਰ ਵੀ ਹਿਰਦੇ ਵਿੱਚ ਵਸਾ ਲੈਂਦਾ ਸਾਬ ਕਹਿਣ ਲੱਗੇ ਦੀਵਾ ਭਾਵੇਂ ਇੱਕ ਹੋਵੇ ਪਰ ਜਗਿਆ ਹੋਣਾ ਚਾਹੀਦਾ ਉਹਨੂੰ ਕਮਾ ਕਰਕੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ ਥੋੜਾ ਪੜ ਕੇ ਵੀ ਆਪਣੇ ਹਿਰਦੇ ਅੰਦਰ ਜਦੋਂ ਤੱਕ ਵਸਾਵੇਂਗਾ ਫਿਰ ਫਾਇਦਾ ਹੋਵੇਗਾ ਲਾਭ ਹੋਵੇਗਾ ਜੇ ਗਿਣਤੀਆਂ ਮਿੰਟੀਆਂ ਬਹੁਤ ਵੱਡੀਆਂ ਕਰੀ ਬੈਠਾ ਪਰ ਵਸਾਉਣ ਵਾਲੇ ਪਾਸੇ ਨਹੀਂ ਫਿਰ ਲਾਭ ਕੋਈ ਨਹੀਂ ਇੱਕ ਬਸਤ ਅਗੋਚਰ ਲਹੀ ਹੈ ਕਹਿਣ ਲੱਗੇ ਉਸ ਅਗੋਚਰ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਇੱਕ ਜਗਿਆ ਹੋਇਆ ਸ਼ਬਦ ਦਾ ਦੀਵਾ ਹਿਰਦੇ ਵਿੱਚ ਟਿਕਾ ਇੱਕ ਕਮਾਏ ਹੋਏ ਸ਼ਬਦ ਨੂੰ ਹਿਰਦੇ ਦੇ ਵਿੱਚ ਟਿਕਾ ਕੇ ਉਹਦੀ ਕਮਾਈ ਕਰ ਤੇਰੇ ਜੀਵਨ ਤੋਂ ਪਤਾ ਲੱਗੇ ਇਹ ਸਿੱਖ ਹੈ ਇਹ ਬਾਣੀ ਨੂੰ ਸੁਣ ਕੇ ਸਮਝੀ ਬੈਠਾ ਤੈਨੂੰ ਦੱਸਣ ਦੀ ਲੋੜ ਨਾ ਪਵੇ ਮੈਂ ਬਾਣੀ ਪੜਦਾ ਤੈਨੂੰ ਦੱਸਣ ਦੀ ਲੋੜ ਨਾ ਪਵੇ ਮੈਂ 11 ਪਾਠ ਕਰਦਾ ਜੀ ਮੈਂ ਇੱਕ ਸੁਖਮਨੀ ਸਾਹਿਬ ਮੈਂ ਪੰਜ ਜਪਜੀ ਸਾਹਿਬ ਦੇ ਪਾਠ ਕਰਕੇ ਆਪਣੇ ਜੀਵਨ ਵਿੱਚ ਵਿਚਰਦਾ ਭਾਂ ਨਹੀਂ ਪਾਈ ਤੇਰੇ ਜੀਵਨ ਨੂੰ ਜਿਹੜਾ ਵੇਖੇ ਉਹਨੂੰ ਪਤਾ ਲੱਗੇ ਇਹਦੇ ਜੀਵਨ ਵਿੱਚ ਨਿਮਰਤਾ ਬੜੀ ਇਹ ਬਾਣੀ ਪੜਦਾ ਤੇਰੇ ਜੀਵਨ ਨੂੰ ਕੋਈ ਵੇਖੇ ਉਹ ਕਿੰਨਾ ਕੁਝ ਕਵੇ ਤੈਨੂੰ ਹੰਕਾਰ ਹੀ ਨਾ ਆਵੇ ਤੈਨੂੰ ਕ੍ਰੋਧ ਹੀ ਨਾ ਆਵੇ ਉਹ ਵੇਖ ਕੇ ਪ੍ਰਭਾਵਿਤ ਹੋ ਜੇ ਇਹੋ ਜਿਹਾ ਜੀਵਨ ਚਾਹੀਦਾ ਇੱਕ ਸਿੱਖ ਦਾ ਉਹਦੇ ਸਿੱਖ ਦੇ ਜੀਵਨ ਵਿੱਚੋਂ ਪ੍ਰਚਾਰ ਹੋਵੇ ਕਮਾਏ ਹੋਏ ਜੀਵਨ ਵਿੱਚੋਂ ਉਹਦੇ ਜੀਵਨ ਚੋਂ ਪ੍ਰਚਾਰ ਹੁੰਦਾ ਹੋਵੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਬਸਤ ਅਗੋਚਰ ਪਾਈ ਕਹਿਣ ਲੱਗੇ ਦੁਨੀਆਂ ਦੇ ਲੋਕੋ ਮੈਂ ਉਹ ਬਸਤ ਅਗੋਚਰ ਜਿਹੜੀ ਲੱਭਦੀ ਨਹੀਂ ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ ਜਦੋਂ ਸ਼ਬਦ ਦਾ ਦੀਵਾ ਹਿਰਦੇ ਵਿੱਚ ਜਗਾ ਲਿਆ ਜਦੋਂ ਨਾਮ ਦਾ ਦੀਵਾ ਜਗਾ ਲਿਆ ਬਸਤ ਅਗੋਚਰ ਪਾਈ ਘਟ ਦੀਪਕ ਰਹਿਆ ਸਮਾਈ ਕਹਿਣ ਲੱਗੇ ਮੈਂ ਉਸ ਅਗਸਤੂ ਨੂੰ ਉਸ ਵਸਤੂ ਨੂੰ ਪ੍ਰਾਪਤ ਕਰ ਲਿਆ ਜਿਹੜੀ ਵਸਤੂ ਨੂੰ ਹਿਰਦੇ ਵਿੱਚ ਟਿਕਾਉਣਾ ਸੀ ਜਿਹੜੀ ਵਸਤੂ ਨੂੰ ਇਸ ਮਨੁੱਖਾ ਜੀਵਨ ਧਾਰਨ ਕਰਕੇ ਪ੍ਰਾਪਤ ਕਰਨਾ ਸੀ ਮੈਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਸ ਵਸਤੂ ਨੂੰ ਪ੍ਰਾਪਤ ਕਰ ਲਿਆ ਕਹ ਕਬੀਰ ਅਬ ਜਾਣਿਆ ਕਹਿਣ ਲੱਗੇ ਕਬੀਰ ਨੇ ਹੁਣ ਉਸ ਅਕਾਲ ਪੁਰਖ ਨੂੰ ਪਛਾਣ ਲਿਆ ਹੈ ਹੁਣ ਉਸ ਅਕਾਲ ਪੁਰਖ ਦੇ ਨਾਮ ਨੂੰ ਸਮਝ ਲਿਆ ਹੁਣ ਕਬੀਰ ਨੇ ਤਤ ਨੂੰ ਪਛਾਣ ਲਿਆ ਕਿ ਕਿਸ ਚੀਜ਼ ਦੇ ਨਾਲ ਜੁੜ ਕੇ ਪਾਰ ਉਤਾਰਾ ਹੋਣਾ ਹੈ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਕਹਿਣ ਲੱਗੇ ਜਦੋਂ ਮੈਂ ਇਹ ਜਾਣ ਗਿਆ ਜਦੋਂ ਮੈਨੂੰ ਸਮਝ ਆ ਗਈ ਕਿ ਪਾਠ ਪੜਤਨ ਕਰਨ ਤੋਂ ਬਾਅਦ ਵਿਚਾਰ ਕਰਕੇ ਹਿਰਦੇ ਵਿੱਚ ਵੀ ਧਾਰਨਾ ਹੈ ਕਹਿਣ ਲੱਗੇ ਫਿਰ ਮੈਂ ਪਛਾਣ ਲਿਆ ਉਸ ਅਕਾਲ ਪੁਰਖ ਦੇ ਤੱਤ ਨੂੰ ਉਸ ਅਕਾਲ ਪੁਰਖ ਦੇ ਨਾਮ ਨੂੰ ਪਛਾਣ ਕਰਕੇ ਹਿਰਦੇ ਵਿੱਚ ਟਿਕਾ ਲਿਆ ਤੇ ਫਿਰ ਦੁਨੀਆਂ ਦੇ ਲੋਕੋ ਮੇਰਾ ਮਨ ਟਿਕ ਗਿਆ ਜਿੱਥੋਂ ਭਗਤ ਜੀ ਨੇ ਵਿਚਾਰ ਆਰੰਭ ਕੀਤੀ ਨਾ ਜਉ ਸਹਜ ਨਾ ਮਿਲਿਓ ਸੋਈ ਕਹਿਣ ਲੱਗੇ ਇੱਕ ਉਹ ਨੇ ਜਿਹੜੇ ਬੜਾ ਕੰਮ ਕਰਦੇ ਨੇ ਬੜਾ ਪਾਠ ਪੜ੍ਹਨ ਕਰਦੇ ਨੇ ਪਰ ਮਨ ਨਹੀਂ ਟਿਕਦਾ ਮਨ ਭਟਕਣਾ ਦੇ ਵਿੱਚੋਂ ਰੁਕਦਾ ਹੀ ਕੋਈ ਨਹੀਂ ਮਨ ਭਟਕਣਾ ਵਿੱਚ ਪਿਆ ਹੋਇਆ ਪਰ ਅੱਜ ਮੈਂ ਜਦੋਂ ਅਕਾਲ ਪੁਰਖ ਨੂੰ ਸਮਝ ਲਿਆ ਜਦੋਂ ਮੈਂ ਅਕਾਲ ਪੁਰਖ ਨੂੰ ਪਛਾਣ ਲਿਆ ਜਦ ਬ ਜਾਣਿਆ ਤਉ ਮਨ ਮੰਨਿਆ ਫਿਰ ਮੇਰਾ ਮਨ ਟਿਕਾ ਦੇ ਵਿੱਚ ਆ ਗਿਆ ਮੇਰੇ ਮਨ ਨੂੰ ਸਹਿਜ ਆ ਗਿਆ ਹੁਣ ਇਹ ਭਟਕਦਾ ਹੀ ਨਹੀਂ ਹੁਣ ਇਹਨੂੰ ਭਟਕਣ ਦੀ ਲੋੜ ਨਹੀਂ ਹੁਣ ਇਹਨੂੰ ਕਿਸੇ ਹੋਰ ਥਾਂ ਤੇ ਜਾਣ ਦੀ ਲੋੜ ਨਹੀਂ ਮਨ ਮੰਨੇ ਲੋਗ ਨਾ ਪਤੀਜਾ ਕਹਿਣ ਲੱਗੇ ਪਰ ਇੱਕ ਸਮੱਸਿਆ ਪੈਦਾ ਹੋ ਗਈ ਜਦੋਂ ਮੈਂ ਧਰਮ ਦੇ ਕੰਮਾਂ ਨੂੰ ਪਖੰਡ ਅਡੰਬਰ ਨੂੰ ਛੱਡ ਕਰਕੇ ਨਾਮ ਨਾਲ ਜੁੜ ਗਿਆ ਮੇਰੇ ਮਨ ਨੂੰ ਤੇ ਸਹਜ ਆ ਗਿਆ ਮੇਰੇ ਮਨ ਨੂੰ ਤੇ ਟਿਕਾ ਆ ਗਿਆ ਪਰ ਮਨ ਮੰਨ ਗਿਆ ਪਰ ਦੁਨੀਆ ਹੁਣ ਮੰਨਦੀ ਕੋਈ ਨਹੀਂ ਦੁਨੀਆ ਤੇ ਪਹਿਲਾਂ ਬੜਾ ਪ੍ਰਭਾਵ ਸੀ ਜਦੋਂ ਮੈਂ ਧਰਮ ਵਾਲੇ ਕੰਮ ਕਰਦਾ ਪਿਆ ਬਾਹਰੀ ਤੌਰ ਤੇ ਧਰਮ ਦਾ ਪਹਿਰਾਵਾ ਸੀ ਬੜਾ ਸੋਹਣਾ ਬੜਾ ਸੋਹਣਾ ਚੋਲਾ ਸੀ ਬਾਹਰੀ ਰੂਪ ਵਿੱਚ ਬੜਾ ਧਰਮੀ ਸੀ ਅੱਖਾਂ ਬੜੀਆਂ ਸੋਹਣੀਆਂ ਮੀਟਣ ਲੱਗ ਪਿਆ ਕਹਿਣ ਲੱਗੇ ਦੁਨੀਆ ਬਹੁਤ ਸਤਕਾਰ ਕਰਦੀ ਦੁਨੀਆ ਨਮਸਕਾਰਾਂ ਮੱਥੇ ਟੇਕਦੀ ਪਰ ਅੱਜ ਮੈਂ ਤਤ ਨੂੰ ਪਛਾਣ ਲਿਆ ਕਿ ਬਾਹਰੀ ਪਹਿਰਾਵਾ ਭਾਵੇਂ ਤੇਰਾ ਕੋਈ ਹੋਵੇ ਬਾਹਰੀ ਪਹਿਰਾਵੇ ਵਿੱਚ ਭਾਵੇਂ ਤੂੰ ਘੱਟ ਧਰਮੀ ਹੋਵੇਂ ਕਹਿਣ ਲੱਗੇ ਮੈਂ ਅੰਦਰ ਟਿਕਾ ਲਿਆ ਬਾਹਰੀ ਪਹਿਰਾਵੇ ਨੂੰ ਛੱਡ ਕਰਕੇ ਹੁਣ ਦੁਨੀਆ ਮੰਨਦੀ ਨਹੀਂ ਪਈ ਭਗਤ ਕਬੀਰ ਸਾਹਿਬ ਨੇ ਕਿਹਾ ਨਾ ਜਦੋਂ ਮੈਂ ਨਾਮ ਨਾਲ ਜੁੜ ਗਿਆ ਦੁਨੀਆਂ ਕਹਿਣ ਲੱਗ ਪਈ ਵਿਗੜਿਓ ਕਬੀਰ ਆ ਰਾਮ ਦੁਹਾਈ ਕਹਿਣ ਲੱਗੇ ਕਬੀਰ ਤੇ ਵਿਗੜ ਗਿਆ ਕਬੀਰ ਤੇ ਕਮਲਾ ਹੋ ਗਿਆ ਇਹ ਤੇ ਰੱਬ ਦੀਆਂ ਗੱਲਾਂ ਕਰੀ ਜਾਣ ਲੱਗ ਪਿਆ ਕਹਿਣ ਲੱਗੇ ਜਦੋਂ ਕਬੀਰ ਰਾਮ ਨਾਲ ਜੁੜ ਗਿਆ ਦੁਨੀਆਂ ਕਹਿਣ ਲੱਗੀ ਕਬੀਰ ਵਿਗੜ ਗਿਆ ਜਦੋਂ ਮੈਂ ਦੁਨੀਆਂ ਦੇ ਹਿਸਾਬ ਨਾਲ ਚੱਲਦਾ ਪਿਆ ਸੀ ਜਦੋਂ ਮੈਂ ਦੁਨੀਆਂ ਦੇ ਅਨੁਸਾਰ ਕੰਮ ਕਰਦਾ ਪਿਆ ਸੀ ਜਿਹਦੇ ਨਾਲ ਦੁਨੀਆਂ ਖੁਸ਼ ਹੋਵੇ ਉਦੋਂ ਤੱਕ ਦੁਨੀਆਂ ਦੇ ਲੋਕ ਮੰਨਦੇ ਸਨ ਅੱਜ ਰੱਬ ਦੇ ਹਿਸਾਬ ਨਾਲ ਚੱਲਣ ਲੱਗ ਪਿਆ ਅੱਜ ਆਪਣੇ ਜੀਵਨ ਅੰਦਰ ਨਾਮ ਟਿਕਾ ਕੇ ਪਖੰਡ ਛੱਡ ਦੇ ਉੱਤੇ ਤੇ ਦੁਨੀਆਂ ਦੇ ਲੋਕ ਕਹਿਣ ਲੱਗ ਪਏ ਕਬੀਰ ਸ਼ਦਾਈ ਹੋ ਗਿਆ ਕਬੀਰ ਵਿਗੜ ਗਿਆ ਹੁਣ ਇਹਨੂੰ ਦੁਨੀਆਂ ਦੇ ਵਿੱਚ ਕੋਈ ਚਾਜ ਨਹੀਂ ਹੈ ਪਰ ਕਬੀਰ ਸਾਹਿਬ ਕਹਿਣ ਲੱਗੇ ਦੁਨੀਆਂ ਦੇ ਲੋਕੋ ਠੀਕ ਹੈ ਕਬੀਰ ਵਿਗੜਿਆ ਹੈ ਕਿ ਪਰ ਕਬੀਰ ਉਸ ਅਕਾਲਪੁਰਖ ਪਰਮਾਤਮਾ ਦੇ ਨਾਮ ਨਾਲ ਲੱਗ ਕੇ ਵਿਗੜਿਆ ਇਹ ਦੁਨੀਆ ਦੇ ਲੋਕਾਂ ਨੂੰ ਕੀ ਪਤਾ ਕਿ ਕਬੀ ਕਹਿਣ ਲੱਗੇ ਉਦਾਹਰਨਾਂ ਉੱਥੇ ਵੀ ਦਿੱਤੀਆਂ ਨਾ ਕਹਿਣ ਲੱਗੇ ਜਿਵੇਂ ਗੰਗਾ ਦੇ ਵਿੱਚ ਜਾ ਕਰਕੇ ਨਾਲੀ ਪੈ ਜਾਂਦੀ ਹੈ ਉਹ ਵਿਗੜੀ ਹੋਈ ਨਾਲੀ ਵੀ ਇੱਕ ਵਿਗੜੀ ਹੈ ਪਰ ਗੰਗਾ ਵਿੱਚ ਪੈ ਜਾਂਦੀ ਜਿੱਦਣ ਗੰਗਾ ਵਿੱਚ ਪੈ ਗਈ ਉਹਦੇ ਵਿੱਚ ਕਿੰਨਾ ਗੰਧ ਹੋਵੇ ਦੁਨੀਆ ਦੇ ਲੋਕ ਉਹਨੂੰ ਵੀ ਪੂਜਣ ਲੱਗ ਪੈਂਦੇ ਨੇ ਪਵਿੱਤਰ ਜਲ ਸਮਝ ਕੇ ਘਰ ਲੈ ਜਾਂਦੇ ਨੇ ਪਹਿਲਾਂ ਗੰਧ ਸੀ ਜਿੱਦਣ ਗੰਗਾ ਦੇ ਨਾਲ ਮਿਲ ਗਈ ਉਹਦਨ ਪਵਿੱਤਰ ਨਦੀ ਹੋ ਗਈ ਕਹਿਣ ਲੱਗੇ ਕਬੀਰ ਇਸੇ ਤਰ੍ਹਾਂ ਵਿਗੜਿਆ ਹੋਇਆ ਸੀ ਠੀਕ ਹੈ ਭਟਕਿਆ ਹੋਇਆ ਸੀ ਪਰ ਜਿਸ ਦਿਨ ਅਕਾਲ ਪੁਰਖ ਨਾਲ ਮਿਲ ਗਿਆ ਉਸ ਅਕਾਲ ਪੁਰਖ ਰਾਮ ਵਰਗਾ ਹੀ ਹੋ ਗਿਆ ਭੇਜ ਦੀ ਕੋਈ ਨਹੀਂ ਰਿਆ ਉਸ ਕਬੀਰ ਦੇ ਅੰਦਰ ਤੇ ਅਕਾਲ ਪੁਰਖ ਅੰਦਰ ਫਰਕ ਹੀ ਕੋਈ ਨਹੀਂ ਰਿਆ ਦੁਨੀਆਂ ਦੇ ਲੋਕੋ ਤੁਸੀਂ ਮੰਨੋ ਚਾਹੇ ਨਾ ਮੰਨੋ ਮਨਮਾਨੇ ਲੋਕ ਨਾ ਪਤੀਜੈ ਕਹਿਣ ਲੱਗੇ ਨਾ ਪਤੀਜੈ ਤਉ ਕੀ ਜੈ ਨਹੀਂ ਮੰਨਦੇ ਤੇ ਨਾ ਮੰਨਣ ਮੈਂ ਦੁਨੀਆ ਨੂੰ ਮਨਾਉਣ ਵਾਸਤੇ ਨਹੀਂ ਮੈਂ ਅਕਾਲ ਪੁਰਖ ਦੇ ਹਜ਼ੂਰੀ ਦੇ ਅੰਦਰ ਅਕਾਲ ਪੁਰਖ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣ ਵਾਸਤੇ ਆਇਆ ਮਨੁੱਖ ਜਿੰਨੇ ਕੰਮ ਕਰਦਾ ਅੱਜ ਮਨੁੱਖ ਦੇ ਕੀਤੇ ਕੰਮਾਂ ਦੇ ਹਿਸਾਬ ਇਸੇ ਵਿੱਚ ਨੇ ਕਿ ਦੁਨੀਆ ਕਿੰਨੀ ਮੇਰੀ ਗੱਲਾਂ ਨਾਲ ਖੁਸ਼ ਹੁੰਦੀ ਹੈ ਕਿੰਨੀ ਮੇਰੀ ਗੱਲਾਂ ਦਾ ਵਿਰੋਧ ਕਰਦੀ ਹੈ ਮੈਂ ਉਹੀ ਗੱਲ ਕਰਾਂਗਾ ਜਿਹਦੇ ਨਾਲ ਅੱਗੇ ਬੈਠੇ ਖੁਸ਼ ਹੋਣਗੇ ਭਾਵੇਂ ਗੁਰੂ ਦਾ ਸਿਧਾਂਤ ਹੋਵੇ ਪਰ ਜੇ ਅੱਗੇ ਬੈਠੇ ਨਾਰਾਜ਼ ਨੇ ਮੇਰੇ ਰੱਤਾ ਮੰਨ ਨਹੀਂ ਕਰੇਗਾ ਮੈਂ ਉਹ ਗੱਲ ਕਰਾਂ ਜਿਹਦੇ ਨਾਲ ਦੁਨੀਆ ਮੇਰੇ ਵਿਰੋਧ ਵਿੱਚ ਆਵੇ ਜਿਹਦੇ ਨਾਲ ਦੁਨੀਆ ਮੇਰੇ ਤੋਂ ਦੂਰ ਹੋਵੇ ਜਿਹੜੇ ਦੁਨੀਆ ਅੱਜ ਵਡਿਆਈਆਂ ਕਰਦੀ ਪਈ ਜਿੱਦਨ ਦੁਨੀਆ ਦੇ ਹਿਸਾਬ ਤੋਂ ਚੱਲਣਾ ਪਾਸੇ ਹੋ ਗਿਆ ਦੁਨੀਆ ਨੇ ਵਡਿਆਈਆਂ ਕਰਨੀਆਂ ਛੱਡ ਦੇਣੀਆਂ ਪਰ ਸਹਿਬ ਕਹਿੰਦੇ ਨਾ ਭਾਈ ਦੁਨੀਆ ਦੀਆਂ ਵਡਿਆਈਆਂ ਨੂੰ ਅੱਗ ਵਿੱਚ ਸਾੜ ਦੇ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਅੱਗ ਵਿੱਚ ਸੁੱਟਦੇ ਇਹਨਾਂ ਨੂੰ ਇਹਨਾਂ ਨੇ ਸਾਥ ਨਹੀਂ ਜਾਣਾ ਤੂੰ ਉਹਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਣਾ ਚਾਹੀਦਾ ਤੂੰ ਅਕਾਲ ਪੁਰਖ ਦੇ ਨਾਮ ਦੇ ਵਿੱਚ ਰੰਗ ਕੇ ਪ੍ਰਵਾਨ ਹੋਣਾ ਚਾਹੀਦਾ ਫਿਰ ਤੇਰੇ ਜੀਵਨ ਦੇ ਕੀਤੇ ਹੋਏ ਕੰਮਾਂ ਵਿੱਚ ਸਫਲ ਹੈ ਫਿਰ ਤੇਰਾ ਪੜਿਆ ਹੋਇਆ ਤੇਰਾ ਸੁਣਿਆ ਹੋਇਆ ਪ੍ਰਵਾਨ ਹੈ ਜੇ ਤੇਰੇ ਹਿਰਦੇ ਵਿੱਚ ਨਾਮ ਟਿਕਦਾ ਹੈ ਜੇ ਤੇਰੇ ਹਿਰਦੇ ਵਿੱਚ ਅਕਾਲ ਪੁਰਖ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਅੱਜ ਦੇ ਇਸ ਪਾਵਨ ਮੁਖਵਾਕ ਅੰਦਰ ਭਗਤ ਕਬੀਰ ਜੀ ਨੇ ਸਮਝਾਇਆ ਭਾਈ ਜਦੋਂ ਤੱਕ ਮਨੁੱਖ ਤਤ ਨੂੰ ਨਹੀਂ ਪਛਾਣਦਾ ਜਦੋਂ ਤੱਕ ਮਨੁੱਖ ਅਕਾਲ ਪੁਰਖ ਦੇ ਨਾਮ ਨਾਲ ਨਹੀਂ ਜੁੜਦਾ ਉਹਦੇ ਕੀਤੇ ਹੋਏ ਸਾਰੇ ਧਰਮ ਦੇ ਕੰਮ ਵਿਅਰਥ ਨੇ ਉਹਦੇ ਕੀਤੇ ਹੋਏ ਧਰਮ ਦੇ ਪਾਠ ਪਾਠਨ ਉਹਦੇ ਕੀਤੇ ਹੋਏ ਗਿਣਤੀਆਂ ਵਿੱਚ ਪਾਠ ਉਹਦੇ ਕੀਤੇ ਹੋਏ ਧਰਮ ਦੇ ਵੱਡੇ ਵੱਡੇ ਅਡੰਬਰ ਸਭ ਵਿਅਰਥ ਨੇ ਜੇ ਪ੍ਰਮਾਤਮਾ ਦਾ ਨਾਮ ਉਹਨੇ ਹਿਰਦੇ ਵਿੱਚ ਧਾਰਿਆ ਨਹੀਂ ਪਰ ਜਦੋਂ ਅਕਾਲ ਪੁਰਖ ਦੇ ਨਾਮ ਨਾਲ ਜੁੜ ਜਾਂਦਾ ਫਿਰ ਭਾਵੇਂ ਬਾਹਰੀ ਪਖੰਡ ਛੱਡ ਦਵੇ ਉਹ ਅਕਾਲ ਪੁਰਖ ਦੀਆਂ ਨਜ਼ਰਾਂ ਵਿੱਚ ਅਕਾਲ ਪੁਰਖ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ ਸਤਿਗੁਰੂ ਕਿਰਪਾ ਕਰਨ ਇੱਕ ਅਰਦਾਸ ਕਰੀਏ ਸਤਿਗੁਰੂ ਜੀ ਜਿੰਨਾ ਕਹ ਰਹੇ ਆ ਜਿੰਨਾ ਕ ਸੁਣ ਰਹੇ ਆ ਸਾਡੇ ਹਿਰਦੇ ਵਿੱਚ ਵਸ ਜਾਵੇ ਸਾਡਾ ਆਇਆ ਪ੍ਰਵਾਨ ਹੋ ਜਾਵੇ ਅਸੀਸ ਬਖਸ਼ੂ ਫਤਿਹ ਦੇ ਨਾਲ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ